ਸੋਨੇ ਵਰਗੀਆਂ ਧੁੱਪਾਂ ਦੇ ਵਿੱਚ ਮਹਿਕਾਂ ਫਸਲਾਂ ਦੀਆਂ ਰਲੀਆਂ, ਜੰਨਤ ਵਰਗੀਆਂ ਲੱਗਦੀਆਂ ਨੇ ਮੈਨੂੰ ਇਸ ਪਿੰਡ ਦੀਆਂ ਗਲੀਆਂ। ਸਤਿ ਸ਼੍ਰੀ ਅਕਾਲ, ਮੈਂ ਮਨਪ੍ਰੀਤ ਸਵਾਗਤ ਕਰਦੀ ਹਾਂ ਤੁਹਾਡਾ ਪ੍ਰੋਗਰਾਮ ਆਓ ਜੀ ਜੀ ਆਇਆਂ ਨੂੰ ਦੇ ਵਿੱਚ, ਜਿਸ ਦੇ ਵਿੱਚ ਮੈਂ ਰੂਬਰੂ ਕਰਾਉਂਦੀ ਹਾਂ ਤੁਹਾਨੂੰ ਕਿਸੇ ਖਾਸ ਸ਼ਖਸੀਅਤ ਦੇ ਨਾਲ, ਜਿਨ੍ਹਾਂ ਦਾ ਨਾਮ ਸਾਡੀ ਪੰਜਾਬੀ ਮਾਂ ਬੋਲੀ 'ਚ ਬਹੁਤ ਹੀ ਮਾਣ ਸਤਿਕਾਰ ਨਾਲ ਲਿਆ ਜਾਂਦਾ ਹੈ। ਅਤੇ ਇੱਕ ਗੱਲ ਸੁਣੀ ਹੈ ਕਿ ਜਿਹੜਾ ਹੱਸਣਾ ਹੁੰਦਾ ਉਹ ਸਾਡੀ ਰੂਹ ਲਈ ਨਾ ਬਹੁਤ ਚੰਗਾ ਹੁੰਦਾ। ਹੱਸਣਾ ਵੀ ਇੱਕ ਹੁਨਰ ਹੈ, ਲੇਕਿਨ ਉਸ ਤੋਂ ਵੱਡਾ ਹੁਨਰ ਹੈ ਕਿਸੇ ਨੂੰ ਹਸਾਉਣਾ। ਅਤੇ ਅੱਜ ਮੈਂ ਤੁਹਾਡੇ ਰੂਬਰੂ ਕਰਾਉਣ ਜਾ ਰਹੀ ਹਾਂ ਇੱਕ ਐਸੀ ਸ਼ਖਸੀਅਤ ਨੂੰ ਜਿਹਨੇ ਪਿਛਲੇ 35 ਸਾਲਾਂ ਤੋਂ ਸਾਨੂੰ ਹਸਾਇਆ ਹੈ, ਲੋਟ ਪੋਟ ਕੀਤਾ ਹੈ। ਮੈਂ ਗੱਲ ਕਰ ਰਹੀ ਹਾਂ ਜੀ ਗੁਰਦੇਵ ਢਿੱਲੋਂ ਜੀ ਦੀ, ਜਿਨ੍ਹਾਂ ਨੂੰ ਅਸੀਂ ਭਜਨੇ ਅਮਲੀ ਦੇ ਨਾਮ ਤੋਂ ਵੀ ਜਾਣਦੇ ਹਾਂ। ਸਮਾਂ ਜ਼ਿਆਦਾ ਨਾ ਲੈਂਦੇ ਹੋਏ ਆਓ ਚੱਲਦੇ ਹਾਂ ਅਤੇ ਮਿਲਦੇ ਹਾਂ ਗੁਰਦੇਵ ਢਿੱਲੋਂ ਜੀ ਨੂੰ। ਹੈਲੋ ਜੀ, ਪਿਆਰ ਭਰੀ ਸਤਿ ਸ਼੍ਰੀ ਅਕਾਲ, ਔਰ ਆਓ ਜੀ ਜੀ ਆਇਆਂ ਨੂੰ ਜੀ। ਔਰ ਮੈਂ ਗੁਰਦੇਵ ਢਿੱਲੋਂ ਭਜਨਾਵਲੀ, ਜਿੰਨੇ ਵੀ ਲਿਸ਼ਕਾਰਾ ਪ੍ਰੋਗਰਾਮ ਦੇਖਣ ਵਾਲੇ ਦਰਸ਼ਕਾਂ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਆਓ ਜੀ ਹੁਣ ਅੰਦਰ ਚੱਲਦੇ ਹਾਂ, ਨਾਲੇ ਬੱਚਿਆਂ ਨੂੰ ਮਿਲਦੇ ਹਾਂ ਔਰ ਨਾਲੇ ਪਰਿਵਾਰ ਨੂੰ ਪੂਰੇ ਨੂੰ ਮਿਲਦੇ ਹਾਂ। ਉਸ ਤੋਂ ਬਾਅਦ ਆਪਾਂ ਪਿੰਡ ਵੀ ਘੁੰਮਾਂਗੇ। ਆਓ ਜੀ ਮੈਂ ਲਿਸ਼ਕਾਰਾ ਟੀ ਵੀ ਕੈਨੇਡਾ 'ਚ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਦੱਸ ਦੇਵਾਂ ਕਿ ਇਹ ਜੋ ਟਰੋਫੀਆਂ ਨੇ ਇਹ ਮੇਰੀ ਸਾਰੀ ਜ਼ਿੰਦਗੀ ਦੀ ਕਮਾਈ ਹੈ ਜੀ। ਇਹ 36 ਸਾਲ ਹੋ ਗਏ ਮੈਨੂੰ ਇਹ ਪ੍ਰੋਗਰਾਮ ਕਰਦਿਆਂ। ਇਹ ਸਾਰੀਆਂ ਟਰੋਫੀਆਂ ਹਜੇ ਬਹੁਤ ਸਾਰੀਆਂ ਜਿਹੜੀਆਂ ਵੱਡੀਆਂ ਟਰੋਫੀਆਂ ਉਹ ਮੇਰੀਆਂ ਅਲਮਾਰੀਆਂ 'ਚ ਰੱਖੀਆਂ ਕਿਉਂਕਿ ਜਗ੍ਹਾ ਨਹੀਂ ਸੀ ਬਚਦੀ। ਆਓ ਜੀ ਹੁਣ ਤੁਹਾਨੂੰ ਅੰਦਰ ਦਾ ਦਿਖਾਈਏ ਦ੍ਰਿਸ਼ ਜੀ। ਇਹ ਹੈ ਜੀ ਬਾਥਰੂਮ। ਵੈਸੇ ਬਾਥਰੂਮ 'ਚ ਮੈਂ ਘੱਟ ਹੀ ਜਾਂਦਾ, ਜੇ ਤੁਸੀਂ ਨਹਾਉਣਾ ਨਹਾਉਣਾ ਤਾਂ ਨਹਾ ਸਕਦੇ ਹੋ, ਕਿਉਂਕਿ ਮੈਂ ਵੈਸੇ ਨਹਾਉਣ ਨੂੰ ਮਹੀਨਾ ਨਹੀਂ ਪੈਣ ਦਿੰਦਾ ਹੈ। ਅਤੇ ਬਾਕੀ ਟੋਇਲਟ ਵੀ ਮੈਂ ਸੱਡਾਂ ਵਾਲੀਆਂ ਦਾ ਇਹੀ ਹੈ ਵੀ ਸਾਡੀ 6-6 ਮਹੀਨੇ ਫਲਾਈਟ ਹੀ ਨਹੀਂ ਉਤਰਦੀ ਹੈ। ਆ ਜਾਓ ਜੀ ਤੁਹਾਨੂੰ ਹੋਰ ਦਿਖਾਈਏ। ਇਹ ਮੇਰੀ ਛੋਟੀ ਬੇਟੀ ਜੀ ਤਨਜੀਤ ਕੌਰ, ਔਰ ਇਹ ਹੈ ਜੀ ਮੇਰਾ ਬੇਟਾ ਐਲ ਵੀ ਐਸ ਢਿੱਲੋਂ, ਲਖਨਵੀਰ ਸਿੰਘ ਢਿੱਲੋਂ। ਇਹ ਮੇਰੀ ਬੇਟੀ ਜੀ ਕਿਰਨਦੀਪ ਢਿੱਲੋਂ। ਇਹ ਹੈ ਜੀ ਵੱਡੀ ਬੇਟੀ ਮੇਰੀ ਦਮਨਪ੍ਰੀਤ ਕੌਰ ਢਿੱਲੋਂ, ਹੁਣ ਢਿੱਲੋਂ ਨਹੀਂ ਮਾਹਲ ਹੋ ਗਏ ਕਿਉਂਕਿ ਇਹ ਮੈਰਿਡ ਆ, ਇਹਨਾਂ ਦੇ ਇੱਕ ਬੇਟਾ ਵੀ ਆ ਔਰ ਜਵਾਈ ਵੀ ਸਾਨੂੰ ਬਹੁਤ ਪਿਆਰਾ ਮਿਲਿਆ ਜੀ, ਔਰ ਇਹ ਚੰਡੀਗੜ੍ਹ ਰਹਿੰਦੇ ਮੋਹਾਲੀ ਰਹਿੰਦੇ ਆ। ਇਹ ਮੈਂ ਤਾਂ ਕਰਦਾ ਜੀ, ਤੁਹਾਨੂੰ ਪਤਾ ਵੀ ਮਾੜਾ ਮੋਟਾ ਨਿਖਰ ਕੇ ਰਹਿਣਾ ਪੈਂਦਾ ਵਾ। ਹਾਂ ਮੈਂ ਦੱਸ ਦੇਵਾਂਗੀ ਜੀ ਕਿ ਮੇਰਾ ਬੇਟਾ ਐਲ ਵੀ ਐਸ ਢਿੱਲੋਂ, ਨਾਂ ਪੂਰਾ ਤਾਂ ਇਹਦਾ ਲਖਨਵੀਰ ਸਿੰਘ ਢਿੱਲੋਂ ਆ, ਜਿਹੜਾ ਕਿ ਹੋਟਲ ਮੈਨੇਜਮੈਂਟ ਦਾ ਬਦਵਾਲ ਕਾਲਜ ਦੇ ਵਿੱਚ ਇਹ 5ਵਾਂ ਸਮੈਸਟਰ ਕਰ ਰਿਹਾ। ਔਰ ਜਿਸ ਤਰ੍ਹਾਂ ਕਿ ਪਹਿਲਾਂ ਮੈਨੂੰ ਜ਼ਿਆਦਾ, ਕਿਉਂਕਿ ਜਦੋਂ ਮੈਂ ਆਇਆ ਇਸ ਲਾਈਨ ਦੇ ਵਿੱਚ ਮੈਂ ਐਜ ਏ ਗਾਇਕ ਬਣਨ ਵਾਸਤੇ ਆਇਆ ਸੀਗਾ, ਕਿਉਂਕਿ ਹਰਚਰਨ ਗਰੇਵਾਲ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਬਹੁਤ ਸਾਰੀਆਂ ਆਪਣੀਆਂ ਦੱਸਿਆ, ਸਾਰੇ ਲੋਕਾਂ ਨੂੰ ਪਤਾ ਕਿ ਮੇਰੇ ਉਸਤਾਦ ਜੀ ਹਰਚਰਨ ਗਰੇਵਾਲ ਸੀ,
ਔਰ ਜਗਮੋਹਨ ਕੌਰ ਤੋਂ ਲੈ ਕੇ ਹੋਰ ਬਹੁਤ ਸਾਰੀਆਂ ਆਰਟਿਸਟਾਂ ਨਾਲ ਮੇਰੇ ਚੈਂਬੀ ਕੰਪਨੀ ਦੇ ਵਿੱਚ ਗੀਤ ਰਿਕਾਰਡ ਸੀ। ਔਰ ਫਿਰ ਮੇਰਾ ਜਿਹੜਾ ਸੀਗਾ ਧੰਦਾ ਕਾਮੇਡੀ ਬਣ ਗਿਆ, ਔਰ ਆਪਣਾ ਸੰਗੀਤ ਦਾ ਮੈਂ ਗਾਇਕੀ ਦਾ ਆਨੰਦ ਲੈਣ ਵਾਸਤੇ ਬੇਟਾ ਸੋਚਿਆ ਕਿ ਇਹਨੂੰ ਸ਼ੌਕ ਸੀਗਾ, ਔਰ ਬਕਾਇਦਾ ਤੌਰ 'ਤੇ ਰਿਦਮ ਦੇ ਵਿੱਚ ਸੁਰਤਾਲ ਦੇ ਵਿੱਚ, ਇਸ ਲਈ ਇਹ ਥੋੜ੍ਹਾ ਬਹੁਤ ਕਰ ਰਿਹਾ। ਔਰ ਮੈਂ ਇਸ ਕਰਕੇ ਚਾਹੂੰਗਾ ਕਿ ਅਗਰ ਇਹਦਾ ਸ਼ੌਕ ਹੈ, ਇਹਨੇ ਸ਼ੌਕ ਪੂਰਾ ਕਰਨਾ ਤਾਂ ਜ਼ਰੂਰ ਕਰੇ। ਮੈਂ ਬਾਕੀ ਦੱਸ ਹੀ ਦਿੱਤਾ ਇਹਨਾਂ ਨੇ ਕਿ ਮੈਂ ਹੋਟਲ ਮੈਨੇਜਮੈਂਟ ਕਰ ਰਿਹਾ ਵਾਂ, ਅਤੇ 5th ਸਮੈਸਟਰ ਚੱਲ ਰਿਹਾ ਮੇਰਾ, ਪੜ੍ਹਾਈ ਬਹੁਤ ਵਧੀਆ ਜਾ ਰਹੀ ਹੈ। ਬਾਕੀ ਸਿੰਗਿੰਗ ਦਾ ਸ਼ੌਂਕ ਮੈਨੂੰ ਫਿਰ ਹੌਲੀ ਹੌਲੀ ਪੈ ਗਿਆ, ਅਤੇ ਇੱਕ ਅੱਧਾ ਗਾਣਾ ਵੀ ਯੂਟਿਊਬ 'ਤੇ ਵੀ ਮੈਂ ਕਾਫੀ ਗਾਣੇ ਪਾਏ ਆ, ਅਤੇ ਯੂਟਿਊਬ 'ਤੇ LVS ਚਿੱਲੋਂ ਦੇ ਨਾਮ ਤੋਂ ਮੇਰੇ ਸੌਂਗਸ ਨੇ, ਇੱਕ ਹੈਗਾ ਬਾਈ ਬਾਈ, ਅਤੇ ਦੂਸਰਾ ਹੁਣ ਸਿੰਗਲ ਟਰੈਕ ਮੈਂ ਛੇਤੀ ਰਿਲੀਜ਼ ਕਰਨ ਲੱਗਿਆ ਵਾਂ, ਅਤੇ ਉਹਦੇ ਦੋ ਲਾਈਨਾਂ ਸੁਣਾ ਦੇਣਾ ਤੁਹਾਨੂੰ। ਹੋਇਆ ਕਿਹੜੀ ਗੱਲੋਂ ਦੂਰ, ਕਾਹਦਾ ਕਰਿਆ ਗਰੂਰ, ਹੱਥ ਜੋੜ ਮਾਫ਼ੀ ਮੰਗਾਂ, ਤੂੰ ਐ ਅੱਖੀਆਂ ਦਾ ਨੂਰ, ਤੈਨੂੰ ਦਿਲ 'ਚ ਵਸਾਇਆ ਰੱਬ ਵਾਂਗ ਰਾਵੇ, ਐਡਾ ਕੀ ਕਸੂਰ ਹੋ ਗਿਆ, ਤੇ ਤੋਂ ਵਿਛੜ ਕੇ ਮਰ ਜਾਂਗੇ ਸੋਹਣੇ ਆਵੇ, ਜੇ ਤੂੰ ਸਾਥੋਂ ਦੂਰ ਹੋ ਗਿਆ, ਜੇ ਸੋਹਣਿਆ ਤੂੰ ਦੂਰ ਹੋ ਗਿਆ। ਅਤੇ ਹੁਣ ਮੇਰੇ ਨਾਲ ਨੇ ਗੁਰਦੇਵ ਸਿੰਘ ਢਿੱਲੋਂ ਜੀ ਦੀਆਂ ਬੇਟੀਆਂ ਧਨਜੀਤ ਕੌਰ ਅਤੇ ਕਿਰਨ। ਹਾਂਜੀ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਹੈ? ਬਹੁਤ ਵਧੀਆ, ਔਸਮ। ਅੱਛਾ, ਮੈਨੂੰ ਦੱਸੋ ਕੀ ਕਰਦੇ ਹੋ ਤੁਸੀਂ? ਮੈਂ ਹੁਣ MSc IT ਕਰ ਰਹੀ ਹਾਂ, ਸੈਕਿੰਡ ਸਮੈਸਟਰ ਚੱਲ ਰਿਹਾ ਮੇਰਾ। ਪੜ੍ਹੇ ਲਿਖੇ ਬੱਚੇ, ਤੁਸੀਂ ਕੀ ਕਰ ਰਹੇ? ਮੈਂ ਪੜ੍ਹ ਲਿਖ ਚੁੱਕੀ ਹਾਂ, ਮੈਂ MSc ਮੈਥ ਕਰ ਚੁੱਕੀ ਹਾਂ ਅਤੇ MEd ਹੋ ਚੁੱਕੀ ਹਾਂ, ਹੁਣ ਮੈਂ PhD ਸਟਾਰਟ ਕਰਨੀ ਹਾਂ। ਇਹ ਜ਼ਿਆਦਾ ਪੜ੍ਹੇ ਲਿਖੇ ਬੱਚੇ ਆ। ਅੱਛਾ, ਮੈਨੂੰ ਦੱਸੋ ਤੁਹਾਡਾ ਰੁਝਾਨ ਕਿਸ ਦੇ ਵੱਲ ਹੈ? ਮਤਲਬ ਤੁਹਾਨੂੰ ਸਿੰਗਿੰਗ ਵਧੀਆ ਲੱਗਦੀ ਹੈ, ਐਕਟਿੰਗ ਵਧੀਆ ਲੱਗਦੀ ਹੈ, ਮਤਲਬ ਤੁਹਾਡੇ ਜਿਹੜੇ ਪਾਪਾ ਨੇ ਇੰਨੇ ਵੱਡੇ ਕਲਾਕਾਰ ਨੇ, ਤਾਂ ਤੁਸੀਂ ਤੁਹਾਡਾ ਰੁਝਾਨ ਕਿਸ ਤਰਫ ਹੈ ਜ਼ਿਆਦਾ? ਮੇਰਾ ਜ਼ਿਆਦਾ ਤਾਂ ਸਿੰਗਿੰਗ ਵੱਲ ਹੀ ਹੈ, ਉਹ 'ਚ ਮੈਨੂੰ ਸ਼ੌਂਕ ਮੇਰਾ ਬਹੁਤ ਹੈ ਉਹਦੇ ਵਿੱਚ। ਅਤੇ ਮੈਂ ਦੋ ਲਾਈਨਾਂ ਹੋ ਜਾਂਦੇ, ਅੱਛਾ ਪੜ੍ਹਾ ਧੱਕੇ ਨਾ ਰਹੇ ਹਾਂ। ਅੱਛਾ ਚਲੋ, ਹੁਣ ਦੋ ਲਾਈਨਾਂ ਤਾਂ ਬਣਦੀਆਂ ਜੀ, ਹਿੰਦੀ ਸੌਂਗ। ਹਾਂਜੀ, ਹਿੰਦੀ ਗਾ ਦੋ। ਸਜਨਾ ਭੇਜਾ, ਸਜਨਾ ਭੇਜਾ, ਨਹੀਂ ਲੱਗਦਾ ਤੇਰੇ ਬਿਨਾ ਦਿਲ ਮੇਰਾ, ਹਾਏ ਨਹੀਂ ਲੱਗਦਾ ਤੇਰੇ ਬਿਨਾ ਦਿਲ ਮੇਰਾ, ਸਜਨਾ ਭੇਜਾ, ਸਜਨਾ ਭੇਜਾ। ਲਓ ਜੀ ਵੀ, ਹੁਣ ਇਹਨਾਂ ਦੀ ਫੈਨ ਫੋਲੋਇੰਗ ਬਹੁਤ ਵਧਣ ਵਾਲੀ ਹੈ, ਫੇਸਬੁੱਕ 'ਤੇ ਰਿਕੁਐਸਟ ਕੁੜੀ ਨੂੰ ਬਹੁਤ ਜ਼ਿਆਦਾ ਆਉਣ ਵਾਲੀਆਂ ਨੇ। ਕਿਰਨ ਜੀ ਤੋਂ ਪੁੱਛਦੇ ਆ ਕਿ ਇਹਨਾਂ ਦਾ ਰੁਝਾਨ ਕਿਸ ਚੀਜ਼ ਵੱਲ ਹੈ, ਮਤਲਬ ਕੀ ਕਰਨਾ ਇਹਨਾਂ ਨੂੰ ਵਧੀਆ ਲੱਗਦਾ? ਗੱਲਾਂ ਬਾਤਾਂ ਤਾਂ ਵੈਸੇ ਬਹੁਤ ਜ਼ਿਆਦਾ ਕਰਦੇ ਨੇ, ਪੁੱਛ ਵੀ ਲੈਂਦੇ ਆ ਉਹ। ਵੈਸੇ ਮੈਂ ਨੌਟੰਕੀ ਖੁਰ ਜ਼ਿਆਦਾ, ਇਸ ਲਈ ਮੇਰਾ ਐਕਟਿੰਗ ਵੱਲ ਹੈ ਕਿ ਬਈ ਕੋਈ ਪਿਕਚਰ ਪੁਚਰ ਮੈਂ ਕਰ ਲਵਾਂ। ਆਏ ਨਹੀਂ, ਜੇ ਕੋਈ ਡਾਇਰੈਕਟਰ ਦੇਖਦਾ ਹੋਵੇ ਬਈ ਕੰਟੈਕਟ ਕਰ ਲਓ ਕੁੜੀ ਨੂੰ। ਹਾਂ ਦੇਖੋ, ਆਫਰ ਵੀ ਦੇ ਰਹੀ ਹੈ ਨਾਲ ਦੇ ਨਾਲ ਕਿ ਪਹਿਲੀ ਫਿਲਮ ਮੈਂ ਫ੍ਰੀ 'ਚ ਕਰ ਦਾਂਗੀ। ਅੱਛਾ ਹੋਰ ਸੁਣਾਓ, ਮਤਲਬ ਤੁਹਾਨੂੰ ਕਿੱਦਾਂ ਫੀਲ ਹੁੰਦਾ? ਤੁਹਾਡੇ ਫਾਦਰ ਸਾਹਿਬ ਇੰਨੇ ਵੱਡੇ ਕਲਾਕਾਰ ਨੇ, ਇੱਕ ਸਿੰਗਰ ਦੇ ਤੌਰ ਤੋਂ ਜਾਣੇ ਜਾਂਦੇ ਨੇ, ਕਾਮੇਡੀ ਐਕਟਰ ਦੇ ਤੌਰ ਤੋਂ ਜਾਣੇ ਜਾਂਦੇ ਨੇ, ਤੁਹਾਨੂੰ ਕਿਹੋ ਜਿਹਾ ਫੀਲ ਹੁੰਦਾ ਜਦ ਤੁਸੀਂ ਬਾਹਰ ਜਾਂਦੇ ਹੋ? ਲੋਕਾਂ ਦੀ ਪਹਿਚਾਣ, ਤੁਹਾਡੀ ਪਹਿਚਾਣ ਹੀ ਤੁਹਾਡੇ ਫਾਦਰ ਸਾਹਿਬ ਕਰਕੇ ਹੈ, ਹੈ ਨਾ? ਤਾਂ ਤੁਹਾਨੂੰ ਕਿਹੋ ਜਿਹਾ ਫੀਲ ਹੁੰਦਾ? ਬਹੁਤ ਵਧੀਆ, ਜਦੋਂ ਜਾਂਦੇ ਹਾਂ ਸਾਰੇ ਲੋਕ ਇੰਨੇ ਇਕੱਠੇ ਹੋ ਜਾਂਦੇ ਨੇ, ਦੇਖ ਕੇ ਬਹੁਤ ਵਧੀਆ ਲੱਗਦਾ ਹੈ ਕਿ ਪਾਪਾ ਦੇ ਇੰਨੇ ਫੈਨਸ ਨੇ, ਬਹੁਤ ਚੰਗਾ ਲੱਗਦਾ। ਕਿਰਨ, ਤੁਹਾਨੂੰ ਕਿਹੋ ਜਿਹਾ ਲੱਗਦਾ? ਪਹਿਲਾਂ ਤਾਂ ਜਦੋਂ ਅਸੀਂ ਕਿਸੇ ਨੂੰ ਦੱਸਦੇ ਹਾਂ ਕਿ ਹਾਂ ਵੀ ਭਜਨਾਵਲੀ
ਮੇਰੇ ਪਾਪਾ ਨੇ ਕੋਈ ਮੰਨਦਾ ਨਹੀਂ, ਸਾਰੇ ਕਹਿੰਦੇ ਆ ਕਿ ਇਹ ਬੰਦੇ ਦੇ ਤਾਂ ਜਵਾਕ ਜਵੂਕ ਹੀ ਨਹੀਂ ਹੋਣੇ ਕਿਉਂਕਿ ਟੀ ਵੀ ਵਿੱਚ ਉਹ ਵਾਲਾ ਲੁੱਕ ਹੈ ਨਾ, ਤਾਂ ਸੋਚਦੇ ਫੈਮਲੀ ਵਗੈਰਾ ਨਹੀਂ ਹੈ, ਫਿਰ ਮੈਂ ਘਰੇ ਲੈ ਕੇ ਆਉਂਦੀ ਹਾਂ ਟਰੋਫੀਜ਼ ਵਗੈਰਾ ਦਿਖਾਉਂਦੀ ਹਾਂ ਉਹਦੇ ਉੱਪਰ ਲਿਖਿਆ ਹੁੰਦਾ ਭਜਨਾਮ ਲਈ, ਫਿਰ ਜਾ ਕੇ ਮੰਨਦੇ ਕਿ ਹਾਂ ਬਈ ਮੈਂ ਉਹਨਾਂ ਦੀ ਕੁੜੀ ਹਾਂ। ਓਕੇ, ਗੁਰਦੇਵ ਢਿੱਲੋਂ ਜੀ ਭਜਨਾ ਅਮਲੀ ਦੇ ਨਾਮ ਤੋਂ ਜਾਣੇ ਜਾਂਦੇ ਨੇ, ਹਾਸਿਆ ਕਲਾਕਾਰ ਨੇ। ਘਰੇ ਵੀ ਇਹੋ ਜਿਹਾ ਮਾਹੌਲ ਬਣਿਆ ਰਹਿੰਦਾ ਹੈ ਕਿ ਸਟ੍ਰਿਕਟ ਨੇ, ਤੁਹਾਨੂੰ ਰੋਕਦੇ ਨੇ, ਰੋਕ ਟੋਕ ਹੁੰਦੀ ਹੈ ਕਿ ਜਿੱਦਾਂ ਉਹ ਸ਼ਾਂਤੀ ਦੇ ਨਾਲ ਮਤਲਬ ਜਿੱਦਾਂ ਗੱਲਬਾਤ ਕਰਦੇ ਨੇ, ਗਾਲਾਂ ਗੁਲਾ ਕੱਢ ਲੈਂਦੇ ਨੇ ਥੋੜ੍ਹੀ, ਹੈ ਨਾ, ਕਿ ਉੱਦਾਂ ਦਾ ਮਾਹੌਲ ਹੁੰਦਾ, ਕਿਹੋ ਜਿਹਾ ਮਾਹੌਲ ਹੁੰਦਾ? ਘਰੇ ਤਾਂ ਬਿਲਕੁਲ ਹੀ ਉੱਦਾਂ ਹੀ ਕੌਮੇਡੀ ਹੀ ਹੁੰਦਾ, ਕਦੇ ਸਾਨੂੰ ਡਾਂਟਦੇ ਨੇ, ਕਿਸੇ ਚੀਜ਼ ਤੋਂ ਮਨਾ ਨਹੀਂ ਕਰਦੇ, ਭਰਾ ਨਾਲੋਂ ਸਾਨੂੰ ਜ਼ਿਆਦਾ ਪਿਆਰ ਕਰਦੇ ਨੇ ਪਾਪਾ, ਅਤੇ ਘਰੇ ਵੀ ਬਿਲਕੁਲ ਉਵੇਂ ਹੀ ਕੌਮੇਡੀ, ਸਾਰਾ ਹਾਸਾ ਮਜ਼ਾਕ ਚੱਲਦਾ ਰਹਿੰਦਾ ਘਰੇ ਵੀ। ਅੱਛਾ, ਮਤਲਬ ਘਰੇ ਵੀ ਕਾਫੀ ਹਾਸਾ ਮਜ਼ਾਕ ਚੱਲਦਾ ਰਹਿੰਦਾ, ਤੁਹਾਨੂੰ ਕਿਹੋ ਜਿਹਾ ਫੀਲ ਹੁੰਦਾ ਕਿ ਮਤਲਬ ਹਾਂ ਪਾਪਾ ਆ ਗਏ ਆ ਤਾਂ ਮੂਡ ਲਾਈਟ ਹੋ ਜਾਣਾ? ਘਰੇ ਜ਼ਿਆਦਾ ਸਟ੍ਰਿਕਟ ਕੌਣ ਆ, ਤੁਹਾਡੇ ਮੰਮਾ ਜ਼ਿਆਦਾ ਸਟ੍ਰਿਕਟ ਨੇ ਕਿ ਤੁਹਾਡੇ ਪਾਪਾ ਜ਼ਿਆਦਾ ਸਟ੍ਰਿਕਟ ਨੇ? ਮੰਮਾ ਵੀ ਥੋੜ੍ਹੇ, ਮਤਲਬ ਦੋਨਾਂ 'ਚ ਤਾਂ ਥੋੜ੍ਹਾ ਥੋੜ੍ਹਾ ਤਾਂ ਹੁੰਦਾ ਹੀ ਹੈ, ਲੇਕਿਨ ਕੌਮੇਡੀ ਸਾਡੇ ਸਾਰੇ ਹੀ ਘਰੇ ਕਰਦੇ ਨੇ ਸਾਰੇ ਕਮਲਿਆਂ ਦਾ ਪਰਿਵਾਰ। ਅੱਛਾ, ਕਮਲਿਆਂ ਦਾ, ਲਓ ਜੀ ਇਹ ਬਹੁਤ ਵਧੀਆ ਗੱਲ ਸਾਡੇ ਸਾਹਮਣੇ ਆਈ ਹੈ ਕਿ ਕਮਲਿਆਂ ਦਾ ਪਰਿਵਾਰ ਹੈ। ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਜੀ। ਮੇਰਾ ਲੰਮੇ ਪਿੰਡ ਦਾ ਪ੍ਰਾਇਮਰੀ ਸਕੂਲ ਆ, ਔਰ ਜਿੱਥੋਂ ਮੈਂ ਆਪਣੀ ਪਹਿਲੀ ਸ਼ਿਕਸ਼ਾ ਪ੍ਰਾਪਤ ਕੀਤੀ ਹੈ ਜੀ, ਔਰ ਬੜੀ ਖੁਸ਼ੀ ਹੁੰਦੀ ਹੈ ਜੀ, ਇਹ ਜਿਹੜੇ ਬਰੋਟਾ ਔਰ ਪਿੱਪਲ ਇਹਨਾਂ 'ਤੇ ਚੜ੍ਹ ਕੇ ਔਰ ਬੜੀਆਂ ਸ਼ਰਾਰਤਾਂ ਕਰਦੇ ਹੁੰਦੇ ਸੀ ਜੀ, ਔਰ ਯਾਦਾਂ ਆਉਂਦੀਆਂ ਵਾਂ, ਪਰ ਚੰਗੀ ਗੱਲ ਆ ਕਿ ਇਹ ਵੀ ਹਜੇ ਦਰੱਖਤ ਸਾਂਭ ਕੇ ਰੱਖੇ ਹੋਏ ਆ, ਔਰ ਇਹ ਪਿੱਪਲ ਵੀ ਸਾਂਭ ਕੇ ਰੱਖੇ ਆ, ਔਰ ਇੱਧਰਲੇ ਪਾਸੇ ਗਰਾਊਂਡ ਹੁੰਦੀ ਸੀ, ਪਰ ਹੁਣ ਇੱਥੇ ਸਕੂਲ ਬਣ ਗਿਆ ਜੀ, ਵੱਡਾ ਸਕੂਲ ਬਣ ਗਿਆ। ਕਹਿੰਦੇ ਨੇ ਹਰ ਇੱਕ ਸਫਲ ਕਲਾਕਾਰ ਦੇ ਪਿੱਛੇ ਇੱਕ ਔਰਤ ਦਾ ਹੱਥ ਹੁੰਦਾ, ਅਤੇ ਗੁਰਦੇਵ ਸਿੰਘ ਢਿੱਲੋਂ ਜੀ ਦੇ ਪਿੱਛੇ ਕਿਸ ਔਰਤ ਦਾ ਹੱਥ ਹੈ? ਉਹਨਾਂ ਦੀ ਵਾਈਫ ਤਾਂ ਹੀ ਹੈ। ਮੈਂ ਤੁਹਾਨੂੰ ਉਹਨਾਂ ਦੇ ਨਾਲ ਰੂਬਰੂ ਕਰਾਉਣ ਜਾ ਰਹੀ ਹਾਂ, ਮੈਂ ਗੱਲ ਕਰ ਰਹੀ ਹਾਂ ਜੀ ਦਲਜੀਤ ਕੌਰ ਦੇ ਬਾਰੇ। ਹਾਂਜੀ, ਸਤਿ ਸ਼੍ਰੀ ਅਕਾਲ ਮੈਮ, ਕੀ ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਨੇ? ਬਿਲਕੁਲ ਠੀਕ, ਬਹੁਤ ਸੋਹਣੇ ਲੱਗ ਰਹੇ ਹੋ ਤੁਸੀਂ। ਥੈਂਕ ਯੂ। ਹਾਂ, ਆਂਟੀ ਜੀ ਨੇ ਥੈਂਕ ਯੂ ਕਹਿ ਦਿਆ। ਆਂਟੀ ਜੀ, ਤੁਹਾਡੀ ਸਮਾਈਲ ਬਹੁਤ ਜ਼ਿਆਦਾ ਵਧੀਆ। ਇਸ ਸਮਾਈਲ ਦੇ ਨਾਲ ਮੈਨੂੰ ਇੱਕ ਦੱਸੋ ਗੱਲ ਕਿ
ਆਓ ਹੁਣ ਚੱਲ ਕੇ ਗੱਲ ਕਰਦੇ ਹਾਂ ਗੁਰਦੇਵ ਢਿੱਲੋਂ ਜੀ ਦੇ ਨਾਲ, ਜੋ ਕਿ ਭਜਨਾ ਅਮਲੀ ਦੇ ਨਾਮ ਤੋਂ ਜਾਣੇ ਜਾਂਦੇ ਨੇ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ ਮਨਪ੍ਰੀਤ ਜੀ, ਸਤਿ ਸ਼੍ਰੀ ਅਕਾਲ, ਔਰ ਲਸ਼ਕਾਰਾ ਟੀਵੀ ਦੇਖ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰ, ਸਭ ਤੋਂ ਪਹਿਲਾਂ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਪ੍ਰਕਾਸ਼ ਪਾਓ ਆਪਣੇ ਸੰਘਰਸ਼ ਦੇ ਬਾਰੇ, ਜੋ ਤੁਸੀਂ ਕੀਤਾ ਹੈ ਇੰਨੇ ਵੱਡੇ ਮੁਕਾਮ ਤੱਕ ਪਹੁੰਚਣ ਲਈ। ਇਹ ਮਨਪ੍ਰੀਤ ਜੀ ਮੈਂ ਦੱਸ ਦੇਵਾਂ ਕਿ ਮੈਂ 74 ਦੇ ਵਿੱਚ ਸਭ ਤੋਂ ਪਹਿਲਾਂ ਲੁਧਿਆਣੇ ਗਿਆ ਸੀ, ਔਰ ਮੈਂ ਗਿਆ ਤਾਂ ਸਿੰਗਰ ਬਣਨ ਵਾਸਤੇ ਸੀ, ਔਰ ਸਾਰਿਆਂ ਨੂੰ ਪਤਾ ਮੈਂ ਪਹਿਲਾਂ ਵੀ ਬਹੁਤ ਸਾਰੀਆਂ ਇੰਟਰਵਿਊ ਦੇ ਚੁੱਕਿਆ, ਔਰ ਮੇਰੇ ਗਾਇਕੀ 'ਚ ਉਸਤਾਦ ਸੀ ਹਰਚਰਨ ਗਰੇਵਾਲ ਸਾਹਿਬ, ਜਿਹੜੇ ਅੱਜ ਕੱਲ੍ਹ ਨਹੀਂ ਹੈ, ਔਰ ਉਸ ਤੋਂ ਬਾਅਦ 4 ਮੈਂ ਉਹਨਾਂ ਦੇ ਨਾਲ ਲਾਏ, ਗਾਇਕੀ ਬਾਰੇ ਵੀ ਮੈਂ ਸਿੱਖਿਆ, ਔਰ ਕਿਉਂਕਿ ਮੇਰੇ ਗੀਤ ਬਹੁਤ ਸਾਰੇ ਕੁਛ ਰਿਕਾਰਡ ਆ, ਜਿਵੇਂ ਕਿ ਸਵਰਗੀ ਜਗਮੋਹਨ ਕੌਰ ਦੇ ਨਾਲ, ਪਰਮਿੰਦਰ ਸੰਧੂ ਜੀ ਦੇ ਨਾਲ, ਹੋਰ ਬਹੁਤ ਸਾਰੀਆਂ ਆਰਟਿਸਟਾਂ ਦੇ ਨਾਲ, HMB ਕੰਪਨੀ ਦੇ ਵਿੱਚ, ਜਿਹਨੂੰ ਪਹਿਲਾਂ ਕੁੱਤੇ ਵਾਲੀ ਕੰਪਨੀ ਕਹਿੰਦੇ ਸੀ, ਅੱਜ ਕੱਲ੍ਹ ਤਾਂ ਸਿੰਗਰ ਬਹੁਤ ਜ਼ਿਆਦਾ ਹੋ ਗਏ ਆ। ਫਿਰ 4 ਮੈਂ ਉਹਨਾਂ ਦੀ ਬੜੀ ਸੇਵਾ ਕੀਤੀ, ਮਾਲਕ ਨੇ ਮੇਰੇ ਤੋਂ ਸੇਵਾ ਉਹਨਾਂ ਦੀ ਕਰਵਾਈ, ਔਰ ਜਿਸ ਦੇ ਵਿੱਚ ਜਿਵੇਂ ਕਿ ਗੱਡੀ ਚਲਾਉਣਾ, ਉਹਨਾਂ ਨੂੰ ਰੋਟੀਆਂ ਬਣਾ ਕੇ ਦੇਣੀਆਂ, ਔਰ ਘਰ ਦੀ ਸਫਾਈ ਕਰਨੀ, ਔਰ ਗੱਡੀ ਚਲਾਉਣੀ ਨਾਲ ਡਰਾਈਵ ਕਰਨੀ, ਉਸ ਤੋਂ ਬਾਅਦ ਸਟੇਜ, ਅੱਜ ਕੱਲ੍ਹ ਤਾਂ ਸਟੇਜਾਂ ਲੱਗਦੀਆਂ ਬੜੀਆਂ ਫਸਟ ਕਲਾਸ ਸਟੇਜਾਂ ਹੁੰਦੀਆਂ ਜੀ, ਅਤੇ ਉਸ ਵਕਤ ਗੱਡੇ ਜੋੜ ਕੇ, ਰੇਹੜੀਆਂ ਜੋੜ ਕੇ ਸਟੇਜ ਲੱਗਦੀ ਹੁੰਦੀ ਸੀ, ਅਤੇ ਫਿਰ ਉਸ ਤੋਂ ਬਾਅਦ 2 ਬੰਝ ਕੱਢ ਕੇ ਉਹਨਾਂ ਦੇ ਉੱਪਰ ਹਾਰਨ ਲਾਏ ਹੁੰਦੇ ਸੀ, ਅਤੇ ਇਸ ਕਰਕੇ 4 ਮੈਂ ਉਹਨਾਂ ਨਾਲ ਬੜੀ ਮਿਹਨਤ ਕੀਤੀ, ਸਤਿਗੁਰ ਨੇ ਕਰਵਾਈ, ਚਲੋ ਇਸੇ ਕਰਕੇ ਮੈਨੂੰ ਉਸ ਮਿਹਨਤ ਦਾ ਫਲ ਵੀ ਮਿਲ ਰਿਹਾ। ਓਕੇ, ਦੇਖੋ ਹੁਣ ਇੰਨੀ ਪਹਿਲਾਂ ਤਾਂ ਤੁਸੀਂ ਇਸ ਗੱਲ ਤੋਂ ਬਹੁਤ ਜ਼ਿਆਦਾ ਜਾਣੂ ਹੋਵੋਗੇ ਕਿ ਪਹਿਲਾਂ ਜਿਹੜੇ ਸ਼ਾਗਿਰਦ ਹੁੰਦੇ ਸੀਗੇ ਉਹ ਸਾਰੇ ਕੰਮ ਕਰਦੇ ਹੁੰਦੇ ਸੀਗੇ, ਬਿਲਕੁਲ ਸਾਰੇ, ਮਤਲਬ A to Z ਉਹਨਾਂ ਨੇ ਕੰਮ ਕਰਨੇ ਨੇ, ਸਾਰੇ ਕੱਪੜੇ ਲੀੜੇ ਸਾਰੇ ਧੋਂਦੇ ਹੁੰਦੇ ਸੀਗੇ ਸਰ, ਇਸ ਗੱਲ ਤੋਂ ਤਾਂ ਤੁਸੀਂ ਬਹੁਤ ਜ਼ਿਆਦਾ ਮੇਰੇ ਨਾਲ ਰਿਲੇਟ ਕਰੋਗੇ। ਬਿਲਕੁਲ, ਆ ਕੱਪੜਿਆਂ ਦੀ ਗੱਲ ਯਾਦ ਕਰਾਤੀ ਜੀ, ਇਹਦੇ 'ਚ ਕੋਈ ਸ਼ੱਕ ਨਹੀਂ, ਪਰ ਉਦੋਂ ਸ਼ਾਗਿਰਦ ਦੁਖੀ ਹੋ ਕੇ ਨਹੀਂ ਸੀ ਕੰਮ ਕਰਦੇ, ਉਹ ਮਤਲਬ ਇਸ ਚੀਜ਼ ਨੂੰ ਮਾਣ ਮਹਿਸੂਸ ਕਰਦੇ ਸੀ ਕਿ ਹਾਂ ਮੈਂ ਉਸਤਾਦਾਂ ਦੀ ਸੇਵਾ ਕੀਤੀ ਆ, ਇਸ ਕਰਕੇ ਉਹ ਬਾਪ ਦੀ ਤਰ੍ਹਾਂ ਆਪਣੇ ਉਸਤਾਦ ਨੂੰ ਮੰਨਦੇ ਸੀ, ਜਿਹੜਾ ਉਸਤਾਦ ਸੀ ਉਹ ਵੀ ਸ਼ਾਗਿਰਦ ਦੀ ਤਰ੍ਹਾਂ ਆਪਣੇ ਬੇਟੇ ਦੀ ਤਰ੍ਹਾਂ ਮਤਲਬ ਆਪਣੇ ਸ਼ਾਗਿਰਦ ਨੂੰ ਰੱਖਦੇ ਸੀ। ਸਰ, ਫਿਰ ਤੁਹਾਡਾ ਰੁਝਾਨ ਜਿਹੜਾ ਹੈ ਉਹ ਕਾਮੇਡੀ ਵੱਲ ਕਦੋਂ ਵਧਿਆ? ਹਾਂ, ਕਿਉਂਕਿ ਮੈਂ ਜਦੋਂ ਬਹੁਤ ਸਾਰੀਆਂ ਕੈਸਟਾਂ ਦੇ ਵਿੱਚ ਅੱਛੇ ਅੱਛੇ ਕਲਾਕਾਰਾਂ ਦੇ ਨਾਲ, ਜਦੋਂ ਪਹਿਲਾਂ ਮੈਂ ਇਕੱਲਾ ਕਾਮੇਡੀ ਕਰਦਾ ਹੁੰਦਾ ਸੀਗਾ, ਅਤੇ ਫਿਰ ਜਿੰਨੇ ਟੈਗੋਰ ਥੀਏਟਰ ਚੰਡੀਗੜ੍ਹ ਦੇ ਸ਼ੋਅ ਹੁੰਦੇ ਸੀ ਉਹ ਸਾਰੇ ਮੈਂ ਲਾਉਂਦਾ ਹੁੰਦਾ ਸੀਗਾ, ਕਿਉਂਕਿ ਮੈਂ ਇੱਕੋ ਇੱਕ ਬੰਦਾ ਸੀਗਾ ਵੀ ਜਿਹੜਾ ਕਲਾਕਾਰ ਨੂੰ ਐਂਕਰਿੰਗ ਤੋਂ ਇਲਾਵਾ ਜਿਹੜਾ ਕਾਮੇਡੀ ਵੀ ਕਰਦਾ ਸੀ, ਹਾਂਜੀ ਹਾਂਜੀ, ਅਤੇ ਇਸ ਕਰਕੇ ਮੈਨੂੰ ਆਡੀਅੰਸ ਜਿਹੜੀ ਚੰਡੀਗੜ੍ਹ ਦੀ ਆਡੀਅੰਸ ਸੀ ਉਹਨਾਂ ਤੋਂ ਮੈਨੂੰ ਥੋੜ੍ਹਾ ਮਤਲਬ ਮੈਨੂੰ ਬਹੁਤ ਹੌਸਲਾ ਉਹਨਾਂ ਨੇ ਦਿੱਤਾ, ਇੱਕ ਸ਼ੋਅ ਕਰਕੇ ਜਦੋਂ ਮੈਂ ਬਾਹਰ ਨਿਕਲਿਆ ਅਤੇ ਇੱਕ ਫੈਮਿਲੀ ਨੇ ਮੈਨੂੰ ਬੁਲਾਇਆ, ਉਹ ਕਹਿੰਦੇ ਤੁਸੀਂ, ਕਹਿੰਦੇ ਜੀ ਤੁਸੀਂ ਬਹੁਤ ਅੱਛੇ ਆਰਟਿਸਟ ਹੋ, ਮੈਂ ਕਿਹਾ ਜੀ ਕੀ ਗੱਲ, ਕਹਿੰਦੇ ਵੀ ਤੁਸੀਂ ਬਹੁਤ ਅੱਛੀ ਕਾਮੇਡੀ ਕਰਦੇ ਹੋ ਤੁਸੀਂ, ਮਤਲਬ ਇਹ ਬਹੁਤ ਵੱਡੇ, ਉਦੋਂ ਮੈਨੂੰ ਪਤਾ ਲੱਗਿਆ ਇੱਕ ਕਮੇਡੀਅਨ ਵੀ ਇੱਕ ਬਹੁਤ ਅੱਛਾ ਆਰਟਿਸਟ ਹੁੰਦਾ, ਨਹੀਂ ਤਾਂ ਸਾਨੂੰ ਇਹ ਆ ਵੀ ਜਦੋਂ ਸਿੰਗਰਾਂ ਦੇ ਨਾਲ ਜਾਂਦੇ ਸੀ ਖਾੜੇ ਲੱਗਦੇ ਸੀ, ਅਲੱਗ ਕਹਿੰਦਾ ਸੀ ਇਹ ਨਕਲੀ ਆ ਜਿਹੀ ਹੈ, ਹਾਂਜੀ, ਇੱਦਾਂ ਦਾ ਉਦੋਂ ਰੁਝਾਨ ਸੀਗਾ, ਕਿਉਂਕਿ ਜਿਹੜਾ ਕਮੇਡੀਅਨ ਸੀਗਾ ਉਹ ਕਾਮੇਡੀ ਘੱਟ ਕਰਦਾ ਹੁੰਦਾ ਸੀ, ਉਹ ਕਾਮੇਡੀ ਜਿਹੜੀ ਸੀਗੀ ਐਵੇਂ ਜਾਂ ਕੋਈ ਮੂੰਹ ਬਣਾ ਕੇ ਜਾਂ ਕੋਈ ਐਕਟਿੰਗ ਕਰਕੇ ਛੋਟੀ ਮੋਟੀ ਕਰਕੇ ਉਹਦੇ ਨਾਲ ਹੀ ਲੋਕ ਹੱਸ ਪੈਂਦੇ ਸੀ, ਪਰ ਮੇਰਾ ਸਟਾਈਲ ਥੋੜ੍ਹਾ ਵੱਖਰਾ ਸੀਗਾ, ਫਿਰ ਮੈਂ ਉਹ ਮਿਹਨਤ ਕਰਨ ਲੱਗਿਆ ਜੀ, ਮਿਹਨਤ ਕਰਨ ਲੱਗਿਆ, ਉਸ ਤੋਂ ਬਾਅਦ ਮੁੜ ਕੇ ਭਜਨਾ ਵਾਲੀ ਬਣ ਗਿਆ ਜੀ। ਪੰਜਾਬੀ ਸੱਭਿਆਚਾਰ ਅਤੇ ਪੰਜਾਬੀ ਮਾਂ ਬੋਲੀ ਦੀ ਤਾਂ ਹਰ ਕੋਈ ਸੇਵਾ ਕਰਦਾ ਹੈ, ਲੇਕਿਨ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਗੁਰਦੇਵ ਢਿੱਲੋਂ ਜੀ, ਜੋ ਕਿ ਭਜਨਾ ਅਮਲੀ ਦੇ ਨਾਮ ਤੋਂ ਜਾਣੇ ਜਾਂਦੇ ਨੇ, ਇਹ ਸਮਾਜ ਸੇਵਾ ਵੀ ਕਰਦੇ ਨੇ ਅਤੇ ਕੁੜੀਆਂ ਦੀ ਸਮਾਜ ਸੇਵਾ, ਕੁੜੀਆਂ ਨੂੰ ਬਹੁਤ ਜ਼ਿਆਦਾ ਹੈਲਪ ਕਰਦੇ ਨੇ, ਇਹਨਾਂ ਨੇ ਕਾਫੀ ਵਿਆਹ ਵੀ ਕਰਾਏ ਨੇ, ਆਓ ਇਹਨਾਂ ਨੂੰ ਕਹਿੰਦੇ ਕਿ ਇਸ ਗੱਲ ਦੇ ਉੱਤੇ ਥੋੜ੍ਹਾ ਜਿਹਾ ਚਾਨਣਾ ਪਾਉਣ।
ਹਾਂ ਮੈਂ ਦੱਸ ਦੇਵਾਂ ਜੀ ਕਿ ਇਸ ਇੱਥੇ ਤਲਵੰਡੀ ਰਾਇਕੀ ਪਿੰਡ ਜਥੇਦਾਰ ਜਗਦੇਵ ਸਿੰਘ ਜੀ ਪਿੰਡ ਕਰਕੇ ਨਾਂ ਨਾਲ ਜਾਣਦੇ ਆ, ਜਿਹੜਾ ਕਿ ਰਾਏਕੋਟ ਦੇ ਬਿਲਕੁਲ ਨੇੜੇ ਪੈਂਦਾ। ਇੱਥੇ ਮੇਰੀਆਂ ਦੋ ਸਿਸਟਰਾਂ ਬਹਿਗੀਆਂ, ਇੱਕ ਸਿਸਟਰ ਦਾ ਬੇਟਾ 14 ਸਾਲ ਦਾ ਬੇਟਾ ਸੀ, ਉਹ ਲੋਹੜੀ ਵਾਲੀ ਰਾਤ ਅਚਨਚੇਤ 2003 ਸਨ ਦੇ ਵਿੱਚ ਅਚਨਚੇਤ ਰਾਤ ਨੂੰ 10 ਵਜੇ ਉਹਦੀ ਡੈੱਥ ਹੋ ਗਈ ਸੀ। ਉਸ ਤੋਂ ਬਾਅਦ ਮੈਂ ਸੋਚਿਆ ਵੀ ਆਪਣੀ ਸਿਸਟਰ ਨੂੰ ਕੋਈ ਨਾ ਕੋਈ ਧਰਵਾਸ ਦੇਣ ਵਾਸਤੇ ਮੈਂ ਇਹੋ ਜਿਹਾ ਕੰਮ ਕਰਾਂ ਵੀ ਜੇ ਜਿਹਦੇ ਨਾਲ ਇਹਨੂੰ ਥੋੜ੍ਹਾ ਜਿਹਾ ਚਲੋ ਮਾਲਕ ਇਹਨੂੰ ਬਖਸ਼ਿਸ਼ ਕਰੇ ਕਿ ਇਹਦਾ ਕੁਛ ਨਾ ਕੁਛ। ਫਿਰ ਮੈਂ ਪਿੰਡ ਵਾਲਿਆਂ ਨਾਲ ਗੱਲ ਕੀਤੀ, ਜਿਸ ਤਰ੍ਹਾਂ ਕਿ ਇਹ ਸਾਡੇ ਜਗਰਾਜ ਸਿੰਘ ਜੀ ਗਰੇਵਾਲ ਸਾਹਿਬ, ਮੈਂ ਸੋਚਿਆ ਕਿ ਮੈਂ ਇੱਦਾਂ ਕਰਕੇ ਪਿੰਡ 'ਚ ਗਰੀਬ ਬੇਟੀਆਂ ਦੀਆਂ ਸ਼ਾਦੀਆਂ ਕਰਨੀਆਂ। ਫਿਰ ਪਿੰਡ ਵਾਲਿਆਂ ਦਾ ਸਹਿਯੋਗ ਸੀਗਾ, ਪਿੰਡ ਵਾਲੇ ਪਿੰਡ 'ਚ ਮੇਲਾ ਕਰਦੇ ਸੀ, ਉਹ ਕਹਿੰਦੇ ਵੀ ਤੁਸੀਂ ਵਿਆਹ ਕਰੋ, ਅਸੀਂ ਮੇਲਾ ਕਰਦੇ ਹਾਂ, ਸਾਨੂੰ ਨਾਲ ਤੁਹਾਡੇ ਨਾਲ ਹੋਰ ਕਲਾਕਾਰ ਵੀ ਮਿਲਣਗੇ। ਫਿਰ ਮੈਂ ਪਹਿਲਾਂ 5 ਵਿਆਹ ਕੀਤੇ ਗਰੀਬ ਬੇਟੀਆਂ ਦੇ, ਚਲੋ ਗਰੀਬ ਤਾਂ ਮੈਂ ਕਹਿੰਦਾ ਨਹੀਂ ਗਾ ਵੀ ਜਿਹੜੀਆਂ ਜ਼ਰੂਰਤਮੰਦ ਬੇਟੀਆਂ ਹੁੰਦੀਆਂ ਨੇ, 5 ਵਿਆਹ ਕੀਤੇ। ਦੂਸਰੇ ਸਾਲ ਅਸੀਂ 10 ਵਿਆਹ ਕੀਤੇ, ਤੀਸਰੇ ਸਾਲ ਫਿਰ 15, ਫਿਰ 18। ਅੱਜ ਇਹ ਆ ਕਿ ਮਾਲਕ ਦੀ ਕਿਰਪਾ ਨਾਲ 20 ਵਿਆਹ ਕਰਦੇ ਹਾਂ ਅਸੀਂ ਪਿੰਡ ਦੇ ਨਾਲ, ਸਾਡੇ ਪਿੰਡ ਵਾਲੇ ਵੀ ਜੁੜ ਗਏ, ਇਲਾਕਾ ਵੀ ਜੁੜ ਗਿਆ, ਕੋਈ ਕੁਛ ਦਾਨ ਕਰਦਾ। ਫਿਰ NRI ਵੀਰ ਸਾਡੇ ਬਹੁਤ ਸਾਰੇ ਵੀਰ, ਉਹਨਾਂ ਨੇ ਹੈਲਪ ਕੀਤੀ, ਬਹੁਤ ਸਾਰੇ ਸੱਜਣਾਂ ਦਾ, ਬਾਕੀ ਦਾ ਕਿਹਦਾ ਨਾਂ ਲਵਾਂ, ਔਰ ਜਿਨ੍ਹਾਂ ਨੇ ਇਹਨਾਂ ਵਿਆਹਾਂ ਦੇ ਵਿੱਚ ਜਿਨ੍ਹਾਂ ਦਾ ਯੋਗਦਾਨ। ਕਹਿੰਦੇ ਨੇ ਸੋਚ ਹਰ ਕੋਈ ਰੱਖਦਾ, ਲੇਕਿਨ ਉਸ ਸੋਚ ਨੂੰ ਮੁਕੰਮਲ ਕਿੱਦਾਂ ਕੀਤਾ ਜਾਵੇ, ਇਹ ਕੁਛ ਲੋਕ ਹੀ ਜਾਣਦੇ ਨੇ। ਅਤੇ ਉਹਨਾਂ ਦੇ ਵਿੱਚੋਂ ਹੀ ਇੱਕ ਨੇ ਗੁਰਦੇਵ ਢਿੱਲੋਂ ਜੀ, ਜਿਨ੍ਹਾਂ ਨੂੰ ਅਸੀਂ ਭਜਨਾ ਅਮਲੀ ਦੇ ਨਾਮ ਤੋਂ ਜਾਣਦੇ ਹਾਂ। ਅਤੇ ਹੁਣ ਸਰ ਸਾਨੂੰ ਦੱਸੋ ਕਿ ਤੁਹਾਡੇ ਅਗਲੇ ਪ੍ਰੋਜੈਕਟ ਕਿਹੜੇ ਨੇ? ਅੱਜ ਕੱਲ੍ਹ ਪੰਜਾਬੀ ਪਿਕਚਰਾਂ ਬਹੁਤ ਆ ਰਹੀਆਂ ਨੇ, ਪੰਜਾਬੀ ਕੋਮੇਡੀ ਪਿਕਚਰਾਂ ਬਹੁਤ ਆ ਰਹੀਆਂ ਨੇ, ਤੁਸੀਂ ਕਿਹਨਾਂ ਦੇ ਵਿੱਚ ਕੰਮ ਕਰ ਰਹੇ ਹੋ? ਹਾਂ ਮੈਂ ਇੱਕ ਫਿਲਮ ਹੁਣੇ ਕਰਕੇ ਹਟਿਆ ਵਾਂ, ਸਾਡੇ ਸੁਖਜਿੰਦਰ ਸ਼ੇਰਾ, ਉਹਨਾਂ ਦੀ ਪਹਿਲਾਂ ਵੀ ਮੈਂ ਉੱਚਾ ਪਿੰਡ ਫਿਲਮ ਜਾਂ ਹੋਰ 2 ਫਿਲਮਾਂ ਕੀਤੀਆਂ ਸੀ। ਉਹਦਾ ਨਾਂ ਹੈ ਜੱਟ ਇਨ ਮੂੜ, ਜਿਹੜੀ ਕਿ ਕੰਪਲੀਟ ਹੋ ਚੁੱਕੀ ਹੈ। ਉਹਦੇ 'ਚ ਭੱਲਾ ਸਾਹਿਬ ਵੀ ਆ ਔਰ ਮੇਰਾ ਵੀ ਸ਼ੇਰੇ ਦੇ ਨਾਲ ਕੌਮੇਡੀ ਆ। ਔਰ ਉਸ ਤੋਂ ਬਾਅਦ ਮੈਂ ਕੀਤੀ ਇੱਕ ਹਰਭਜਨ ਮਾਨਸਾ ਹੋਰੀ ਔਰ ਬਾਬੂ ਸਿੰਘ ਮਾਨ ਦਾ ਬੇਟਾ ਮਨਤੋਜ ਮਾਨ, ਔਰ ਉਹਦੇ ਵਿੱਚ ਸਰਬਜੀਤ ਚੀਮਾ ਜੀ ਵੀ ਹੈ, ਔਰ ਉਹਦਾ ਨਾਂ ਹਾਣੀ, ਉਹ ਵੀ ਬਹੁਤ ਅੱਛੀ ਫਿਲਮ ਆ। ਔਰ ਇਹ ਸ਼ਾਇਦ 2-3 ਮਹੀਨੇ ਤੱਕ ਰਿਲੀਜ਼ ਮਾਰਕੀਟ 'ਚ ਆ ਸਕਦੀਆਂ। ਮੈਂ ਜ਼ਿਆਦਾਤਰ ਇਹ ਹੈ ਕਿ ਮੈਂ ਜ਼ਿਆਦਾਤਰ ਝੋਲਾ ਚੱਕ ਨਹੀਂ ਹੈ ਕਲਾਕਾਰ ਕਿ ਮਨਪ੍ਰੀਤ ਜੀ ਐਵੇਂ ਤੁਰਿਆ ਫਿਰੂੰਗਾ ਜੀ, ਮੈਨੂੰ ਕੋਮੇਡੀ 'ਚ ਕੋਈ ਨਾ ਕੋਈ ਮੈਨੂੰ ਫਿਲਮ 'ਚ ਕੰਮ ਦੇ ਦਿਓ। ਮੈਂ ਚਾਹੁੰਦਾ ਨਹੀਂ ਕੰਮ ਥੋੜ੍ਹਾ ਕਰੋ ਪਰ ਵਧੀਆ ਕਰੋ। ਇਸ ਕਰਕੇ ਜਿਹੜੀ ਹਾਣੀ ਫਿਲਮ ਸੀ ਉਹਦੇ 'ਚ ਮੈਂ ਫਰੈਂਚ ਕੱਟ ਵੀ ਹੋ ਗਿਆ ਸੀਗਾ, ਕਿਉਂਕਿ ਕਰੈਕਟਰ ਹੀ ਇੱਦਾਂ ਦਾ ਸੀਗਾ। ਹੁਣ ਦਾੜ੍ਹੀ ਆਈ ਆ ਅਤੇ ਕਈ ਦਫ਼ਾ ਮੈਂ ਹੱਥ ਫੇਰਨਾ ਵੀ ਇੱਥੇ ਤਾਂ ਹੈ ਨਹੀਂ ਕੁਛ ਹੱਥ ਮੈਂ ਫੇਰ ਦਾੜ੍ਹੀ। ਕਹਿੰਦੇ ਨੇ ਜਿਹੜੇ ਤਰਾਸ਼ੇ ਹੋਏ ਹੀਰੇ ਹੁੰਦੇ ਆ ਨਾ, ਉਹ ਕਦੀ ਪੈਸੇ ਪਿੱਛੇ ਨਹੀਂ ਭੱਜਦੇ। ਇਹਨਾਂ ਦੇ ਵਿੱਚੋਂ ਇੱਕ ਨਾਮ ਆਉਂਦਾ ਹੈ ਜੀ ਗੁਰਦੇਵ ਸਿੰਘ ਢਿੱਲੋਂ ਜੀ ਦਾ, ਜਿਨ੍ਹਾਂ ਨੂੰ ਅਸੀਂ ਭਜਨਾ ਅਮਲੀ ਦੇ ਨਾਮ ਤੋਂ ਜਾਣਦੇ ਹਾਂ। ਸਰ, ਸਾਡੀ ਜਿਹੜੀ ਨਵੀਂ ਪੀੜ੍ਹੀ ਹੈ, ਨੌਜਵਾਨ ਪੀੜ੍ਹੀ, ਇਹ ਬਹੁਤ ਘੱਟ ਜਾਣੂ ਨੇ ਇਸ ਗੱਲ ਤੋਂ ਕਿ ਤੁਸੀਂ ਬਹੁਤ ਚੰਗਾ ਗਾਉਂਦੇ ਸੀਗੇ, ਅਤੇ ਥੋੜ੍ਹੀ ਦੇਰ ਪਹਿਲਾਂ ਤੁਸੀਂ ਜ਼ਿਕਰ ਵੀ ਕੀਤਾ ਸੀਗਾ ਕਿ ਤੁਸੀਂ ਜਗਮੋਹਨ ਕੌਰ ਦੇ ਨਾਲ 6 ਸਾਲ ਗਾਏ ਨੇ, ਹੈ ਨਾ? ਅਤੇ ਸਰ, 2 ਲਾਈਨਾਂ ਅੰਤਰੇ ਦੀਆਂ ਜ਼ਰਾ ਗਾ ਕੇ ਸੁਣਾ ਦਿਉ। ਹਾਂ, ਮੈਂ ਦੱਸ ਦੇਵਾਂ ਕਿ ਕੇਦੀਪ ਸਾਹਿਬ ਮੇਰੇ ਕੌਮੇਡੀ 'ਚ ਉਸਤਾਦ ਆ, ਔਰ ਹਰਚਰਨ ਗਰੇਵਾਲ ਸਾਹਿਬ ਮੇਰੇ ਗਾਇਕੀ 'ਚ ਉਸਤਾਦ ਸੀ। ਉਹਨਾਂ ਨਾਲ ਮੈਂ ਗਾਇਆ ਸੀ ਇਹ ਤਾਂ ਡਿਊਟ ਗਾਣਾ, ਪਰ ਫਿਰ ਵੀ ਤੁਸੀਂ ਕਹਿ ਰਹੇ ਹੋ ਮਨਪ੍ਰੀਤ ਜੀ, ਔਰ ਮੈਂ 2 ਲਾਈਨਾਂ ਸੁਣਾਉਣਾ ਵਾਂ ਜ਼ਰੂਰ। ਨੀ ਲੋੜੇ ਪਿੰਡ 'ਚ ਰਕਾਨੇ ਫਿਰੇ ਮਾਰਦੀ, ਚੱਲੀ ਜਾਵੇ ਨਾ ਮੜਕ ਮੁਠਿਆਰਦੀ। ਨੀ ਲੋੜੇ ਪਿੰਡ 'ਚ ਰਕਾਨੇ ਫਿਰੇ ਮਾਰਦੀ, ਚੱਲੀ ਜਾਵੇ ਨਾ ਮੜਕ ਮੁਠਿਆਰਦੀ। ਤੇਰੇ ਨਾਂ ਦੇ ਉੱਤੇ ਬਿੱਲੋਂ ਦੇ ਸਾਲ ਨੂੰ ਹਾਏ ਨੀਤੀਆਂ ਲੱਗਣਗੀਆਂ। ਇੱਕ ਹੱਥ ਨਾਲ ਵੱਜਦੀ ਨਾ ਤਾੜੀ, ਨੀ ਦੋਹੀ ਹੱਥੀ ਵੱਜਣਗੀਆਂ, ਨੀ ਦੋਹੀ ਹੱਥੀ ਵੱਜਣਗੀਆਂ। ਗੱਲਾਂ ਤਾਂ ਬਹੁਤ ਸਾਰੀਆਂ ਨੇ ਕਰਨ ਵਾਲੀਆਂ, ਲੇਕਿਨ ਸਮਾਂ ਇਜਾਜ਼ਤ ਨਹੀਂ ਦੇ ਰਿਹਾ। ਇਸ ਲਈ ਗੁਰਦੇਵ ਢਿੱਲੋਂ ਜੀ, ਮੈਂ ਚਾਹੁੰਦੀ ਹਾਂ ਕਿ ਤੁਸੀਂ ਸਾਡੇ ਪੰਜਾਬੀ ਮਾਂ ਬੋਲੀ ਸੁਣਨ ਵਾਲਿਆਂ ਨੂੰ, ਬੋਲਣ ਵਾਲਿਆਂ ਨੂੰ ਜਾਂਦੇ ਜਾਂਦੇ ਕੋਈ ਸੁਨੇਹਾ ਦਿਓ। ਦੇਖੋ, ਲਿਸ਼ਕਾਰਾ TV ਜਿਹੜਾ ਕੈਨੇਡਾ 'ਚ ਤੁਸੀਂ ਦੇਖ ਰਹੇ ਹੋ,
ਔਰ ਮੈਂ ਮੈਸੇਜ ਕੀ ਦੇਣਾ ਕਿਉਂਕਿ ਮੇਰੇ ਨਾਲ ਬਹੁਤ ਸਿਆਣੇ ਕਲਾਕਾਰ ਆ। ਇੱਕ ਤਾਂ ਮੈਂ ਕਹੂੰਗਾ ਕਿ ਜਿੱਦਾਂ ਦਾ ਗਾਇਕ ਆ ਕਲਾਕਾਰ ਉੱਦਾਂ ਦਾ ਹੀ ਹੋਣਾ ਚਾਹੀਦਾ, ਉਹਦਾ ਜਿਹੜਾ ਭੇਸ ਆ ਉਹਦਾ ਕਲਾਕਾਰ ਦਾ। ਕਈ ਦਫ਼ਾ ਅਸੀਂ ਗੱਲ ਕਰਦੇ ਹਾਂ ਗੁਰੂ ਗ੍ਰੰਥ ਸਾਹਿਬ ਦੀ ਅਤੇ ਉਹਦਾ ਜਿਹੜਾ ਹੋਲੀਆ ਹੁੰਦਾ ਉਹ ਬਹੁਤ ਹੋਰ ਤਰ੍ਹਾਂ ਦਾ ਹੁੰਦਾ। ਮੈਂ ਕਹੂੰਗਾ ਕਿ ਸਿੰਗਰ ਬਹੁਤ ਅੱਛੇ ਹੈਗੇ ਪਰ ਉਹਦੇ 'ਚ ਜਿਹੜੀ ਜਦੋਂ ਗੀਤ ਫਲਵਾਉਣੇ ਆ ਉਹਦੇ 'ਚ ਨੰਗੇਜ਼ਵਾਦ ਨਹੀਂ ਹੋਣਾ ਚਾਹੀਦਾ। ਦੂਸਰੀ ਗੱਲ ਇਹ ਆ ਕਿ ਲਿਖਣ ਵਾਲੇ ਮੇਰੇ ਵੀਰਾਂ ਨੂੰ ਵੀ ਮੈਂ ਬੇਨਤੀ ਕਰੂੰਗਾ ਕਿ ਚੰਗੇ ਗੀਤ ਲਿਖੋ। ਸਾਡੀ ਨੌਜਵਾਨ ਪੀੜ੍ਹੀ ਤੁਹਾਡੇ ਕਰਕੇ ਹੀ ਆ, ਕੁਛ ਕੁੜੀ ਦੇ ਮਗਰ ਹੀ ਇਹੋ ਜਿਹੇ ਸਾਡੇ ਸ਼ਹਿਰ ਆ ਕਿ ਮੁੰਡਿਆਂ ਨੂੰ ਕੁੜੀ ਦਾ ਜ਼ਿਕਰ ਕਰਕੇ ਇੰਨਾ ਜਜ਼ਬਾਤੀ ਕਰ ਦਿੰਦੇ ਆ ਕਿ ਗੀਤ ਜਦੋਂ ਫਲਮਾਇਆ ਜਾਂਦਾ ਉਹਦੇ ਵਿੱਚ ਗੰਡਾਸੇ ਚੱਲਦੇ ਆ, ਉਹਦੇ 'ਚ ਰਫਲਾਂ ਚੱਲਦੀਆਂ, ਉਹਦੇ 'ਚ ਬੰਦਿਆਂ ਨੂੰ ਮਾਰਿਆ ਜਾ ਰਿਹਾ, ਉਹ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਉਹ ਇੰਨੀ ਜਜ਼ਬਾਤੀ ਹੋ ਜਾਂਦੀ ਆ, ਉਹ ਫਿਰ ਕੁੜੀਆਂ ਪਿੱਛੇ ਲੱਗ ਕੇ ਕਤਲ ਕਰਦੇ ਆ। ਉਸ ਚੀਜ਼ ਤੋਂ ਬਚੋ। ਬਾਕੀ ਜਿਹੜੀ ਕੌਮੇਡੀ ਕਰਦੇ ਵੀਰ ਉਹ ਵਧੀਆ ਕੌਮੇਡੀ ਕਰੋ, ਵਧੀਆ। ਇੱਕ ਮੈਂ ਨਹੀਂ ਕਹਿੰਦਾ ਕਿ ਮੈਂ ਬਹੁਤ ਸਾਫ਼ ਸੁਥਰੀ ਕੌਮੇਡੀ ਕਰਦਾ, ਪਰ ਜਿੰਨੀ ਕੁ ਕੋਸ਼ਿਸ਼ ਕਰਦਾ ਮੈਂ ਠੀਕ ਕਰਦਾ ਵਾਂ। ਵਿੱਚ ਮੈਸੇਜ ਵੀ ਜ਼ਰੂਰ ਦਿੰਦਾ ਕਿਉਂਕਿ ਸਾਡੀ ਗੱਲ ਲੋਕ ਸੁਣਦੇ ਆ। ਅਗਰ ਮੈਂ ਕੋਈ ਵੀ ਨੰਗੇਜ਼ਵਾਦ 'ਤੇ ਮੈਸੇਜ ਦਿੰਦਾ ਜਾਂ ਮੈਂ ਨਸ਼ਿਆਂ ਦੀ ਗੱਲ ਕਰਦਾ ਵਾਂ ਜਾਂ ਮੈਂ ਸਾਡੇ ਲੋਕ ਕੰਮਕਾਰ ਕਰਨ ਨੂੰ ਹਟ ਗਏ ਉਹਨਾਂ ਦੀ ਗੱਲ ਕਰਦਾ ਮੈਂ ਹੁਣ, ਜਾਂ ਸਾਡੇ ਆ ਦਰਖਤ ਕੱਟਦੇ ਆ ਲੋਕ, ਦਰਖਤਾਂ ਨੂੰ ਫੂਕੀ ਜਾ ਰਹੇ ਆ ਸਾਡੇ ਲੋਕ, ਅੱਗ ਲਾ ਲਾ ਕੇ, ਤੁਸੀਂ ਦੇਖਦੇ ਆ, ਉਹ ਉਹਨਾਂ ਬਾਰੇ ਮੈਂ ਗੱਲ ਕਰਦਾ। ਮੈਂ ਪਾਣੀ ਦੀ ਗੱਲ ਕਰਦਾ ਕਿ ਪਾਣੀ ਦੀ ਬੱਚਤ ਕਰੋ, ਪਾਣੀ ਜਿੰਨਾ ਬਚਾਇਆ ਜਾਂਦਾ ਕਿਉਂਕਿ ਪਾਣੀ ਸਾਡੀ ਬਹੁਤ ਆਉਣ ਵਾਲੇ ਦਿਨਾਂ 'ਚ ਸਾਡਾ, ਉਹਨੂੰ ਸੋਚ ਕੇ ਚੱਲੋ। ਦਰੱਖਤਾਂ ਨੂੰ ਵੱਧ ਤੋਂ ਵੱਧ ਦਰੱਖਤ ਲਾਓ ਔਰ ਚੰਗਾ ਜ਼ਿੰਦਗੀ 'ਚ ਚੰਗੇ ਬਣ ਕੇ ਰਹੋ, ਬਸ ਇਹੀ ਮੇਰੀ ਸਾਰਿਆਂ ਨੂੰ ਮੇਰੀ ਗੁਜ਼ਾਰਿਸ਼। ਮੈਂ ਇੱਕ ਬੇਨਤੀ ਕਰੂੰਗਾ, ਮੈਂ ਸਟੇਜ 'ਤੇ ਜਿਸ ਤਰ੍ਹਾਂ ਭਰੂਣ ਹੱਤਿਆ ਦੀ ਵੀ ਗੱਲ ਕਰਦਾ, ਦੇਖੋ ਅੱਜ ਕੱਲ੍ਹ ਦੀਆਂ ਬੇਟੀਆਂ ਸਾਡੀਆਂ, ਅੱਜ ਕੱਲ੍ਹ ਦੀ ਬੇਟੀ ਕੋਈ ਕਿਸੇ ਨੂੰ ਕੁੱਤੇ ਨੋਚੀ ਜਾ ਰਿਹਾ, ਕੋਈ ਗਾਰ ਵਿੱਚੋਂ ਪਈ ਮਿਲਦੀ ਆ, ਕੋਈ ਕਿਤੇ ਪਈ ਮਿਲਦੀ ਆ। ਹੱਥ ਬੰਨ ਕੇ ਮੇਰੀ ਬੇਨਤੀ ਆ ਕਿ ਜੇ ਮਾਂ ਬਾਪ ਨੂੰ ਪਿਆਰ ਕਰਦੀ ਆ ਤਾਂ ਸਭ ਤੋਂ ਵੱਧ ਬੇਟੀ ਕਰਦੀ ਆ। ਔਰ ਇੱਕ ਮੈਂ ਕਹਿੰਦਾ ਇੱਕ ਘਰ ਦੇ ਵਿੱਚ, ਇੱਕ ਪਰਿਵਾਰ ਦੇ ਵਿੱਚ ਇੱਕ ਬੇਟੀ ਦਾ ਹੋਣਾ ਬਹੁਤ ਜ਼ਰੂਰੀ ਆ। ਔਰ ਜਿਹੜੇ ਬਾਹਰ ਕਨੇਡਾ ਜਾਂ ਅਮੈਰੀਕਾ ਦੇ ਵਿੱਚ ਸਾਰੀ ਦੁਨੀਆ ਦੇ ਵਿੱਚ ਬੱਚੇ ਬੈਠੇ ਆ ਜਾਂ ਇੱਕ ਪਰਿਵਾਰ ਬੈਠੇ ਆ, 50% ਨਹੀਂ ਉਸ ਤੋਂ ਵੱਧ ਮੈਂ ਕਹਿੰਦਾ 80% ਪਰਿਵਾਰ ਇਹੋ ਜਿਹਾ ਜਿਨ੍ਹਾਂ ਨੂੰ ਬੇਟੀਆਂ ਨੇ ਹੀ ਬਾਹਰ ਸੱਦਿਆ। ਇਸ ਕਰਕੇ ਬੇਟੀਆਂ ਨੂੰ ਪੜ੍ਹਾਓ, ਨਹੀਂ ਤਾਂ ਪੜ੍ਹਾਈ ਤੋਂ ਬਗੈਰ ਬੰਦਾ ਹੈਂਡੀਕੈਪਟ ਆ। ਅਗਰ ਤੁਸੀਂ ਪੜ੍ਹੇ ਲਿਖੇ ਨਾ ਹੁੰਦੇ ਤਾਂ ਤੁਸੀਂ ਇਸ ਤਰ੍ਹਾਂ ਕਿਸ ਤਰ੍ਹਾਂ ਮੇਰੇ ਨਾਲ ਤੁਸੀਂ ਐਕਰਿੰਗ ਕਰ। ਸਹੀ ਗੱਲ ਹੈ, ਗੁਰੂ ਨਾਨਕ ਦੇਵ ਜੀ ਨੇ ਸਹੀ ਕਿਹਾ, ਸੋ ਕਿਉਂ ਮੰਦਾ ਆਖੀਏ ਜਿੱਤ ਜੰਮੇ ਰਾਜਾਨ। ਅਤੇ ਇਹੀ ਮੈਸੇਜ ਸੀਗਾ ਗੁਰਦੇਵ ਢਿੱਲੋਂ ਜੀ ਦਾ, ਜਿਨ੍ਹਾਂ ਨੂੰ ਅਸੀਂ ਭਜਨਾ ਅਮਲੀ ਦੇ ਨਾਮ ਤੋਂ ਵੀ ਜਾਣਦੇ ਹਾਂ। ਮੈਨੂੰ ਇੱਦਾਂ ਲੱਗਦਾ ਹੈ ਕਿ ਤੁਹਾਨੂੰ ਇਹਨਾਂ 'ਤੇ ਇਸ ਮੈਸੇਜ 'ਤੇ ਨਾ ਅਮਲ ਕਰਨਾ ਚਾਹੀਦਾ ਹੈ, ਕਿਉਂਕਿ ਇਸ ਦੇ ਨਾਲ ਸਾਡੇ ਸਮਾਜ ਦਾ ਹੀ ਭਲਾ ਹੋਏਗਾ। ਵੈਸੇ ਤੁਹਾਨੂੰ ਸਾਡਾ ਪ੍ਰੋਗਰਾਮ ਆਓ ਜੀ ਜੀ ਆਇਆਂ ਨੂੰ ਕਿਹੋ ਜਿਹਾ ਲੱਗਿਆ ਤੁਸੀਂ ਸਾਨੂੰ ਫੋਨ ਕਾਲ ਕਰਕੇ ਦੱਸ ਸਕਦੇ ਹੋ। ਨੰਬਰ ਹੈ 604-916-2121 ਅਤੇ ਤੁਸੀਂ ਸਾਨੂੰ ਆਪਣੇ ਸੁਝਾਅ ਮੇਲ ਰਾਹੀਂ ਵੀ ਭੇਜ ਸਕਦੇ ਹੋ। ਈਮੇਲ ਆਈ ਡੀ ਹੈ ਸ਼ਮੀ ਚੱਜ@ਲਸ਼ਕਾਰਾ.ca।